ਕੁਲਜੀਤ ਕੌਰ ਜੀ ਸਾਡੇ ਨਾਲ ਗੱਲਬਾਤ ਕਰਨਗੇ, ਉਹਨਾਂ ਦਾ ਕਿਵੇਂ ਦਾ ਰਿਹਾ ਇੰਟਰਵਿਊ? ਹਾਂਜੀ ਮੈਮ, ਕੁਲਜੀਤ ਕੌਰ ਜੀ ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਹਲਦੀਰਾਮ ਦਾ ਤੁਸੀਂ ਇੰਟਰਵਿਊ ਕਰਕੇ ਆਏ ਹੋ, ਡਨ ਕਰਕੇ ਆਏ ਹੋ, ਤੇ ਤੁਹਾਨੂੰ ਸਰ ਨੇ ਸੈਲਰੀ ਸੈਟਅਪ ਵੀ ਦੱਸਿਆ ਹੋਏਗਾ ਕਿ? ਹਾਂਜੀ ਹਾਂਜੀ ਮੈਮ ਦੱਸਿਆ, ਸੈਲਰੀ 12 ਇਨ ਹੈਂਡ ਕਹਿੰਦੇ ਆ ਕਿ ਦੇਣੀ ਆ। ਹਾਂਜੀ ਮੈਮ, ਇਹਨਾਂ ਦਾ ਕਹਿਣਾ ਹੈ ਕਿ 12,000 ਇਨ ਹੈਂਡ ਸੈਲਰੀ ਹੈ ਇਹਨਾਂ ਦੀ। ਹਾਂਜੀ ਤੇ ਮੈਮ ਤੁਸੀਂ ਐਜ਼ ਆ ਫਰੈਸ਼ਰ ਸੀਗੇ, ਬਾਲਾਜੀ ਜੋਬ ਪਲੇਸਮੈਂਟ ਨੇ ਤੁਹਾਨੂੰ ਵਧੀਆ ਸਰਵਿਸ ਪ੍ਰੋਵਾਈਡ ਕੀਤੀ। ਹਾਂਜੀ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਬਾਲਾਜੀ ਜੋਬ ਪਲੇਸਮੈਂਟ ਦੇ ਇਹਨਾਂ ਲੋਕਾਂ ਨੂੰ ਨੀਡ ਹੈਗੀ ਆ ਜੋਬ ਦੀ? ਹਾਂਜੀ ਤੇ ਉਹ ਇੱਥੇ ਵਿਜ਼ਿਟ ਕਰਨ? ਹਾਂਜੀ ਹਾਂਜੀ ਬਿਲਕੁਲ ਇੱਥੇ ਕਰਨ, ਜਿਨ੍ਹਾਂ ਕੋਲ ਨਹੀਂ ਹੈਗੀ ਜੋਬਸ ਵਗੈਰਾ ਸਾ, ਮੇਰੀ ਤਾਂ ਇਹੀ ਰਿਕਮੈਂਡ ਕਰਦੀ ਹਾਂ ਕਿ ਬਾਲਾ ਜੀ ਜਿਨ੍ਹਾਂ ਕੋਲ ਵੀ ਨਹੀਂ ਹੈਗੀ ਉਹ ਇੱਥੇ ਰਿਕਮੈਂਡ ਕਰਨ, ਕਿਉਂਕਿ ਮੈਨੂੰ ਬਹੁਤ ਵਧੀਆ ਜੋਬ ਮਿਲ ਗਈ ਹੈ ਬਾਲਾ ਜੀ ਤੋਂ। ਹਾਂਜੀ ਮੈਮ ਕਹਿ ਰਹੇ ਕਿ ਮੈਨੂੰ ਬਹੁਤ ਵਧੀਆ ਜੋਬ ਮਿਲ ਗਈ ਹੈ ਬਾਲਾ ਜੀ ਜੋਬ ਪਲੇਸਮੈਂਟ ਤੋਂ। ਥੈਂਕ ਯੂ ਜੀ।